ਇੱਕ ਵਾਰ ਫੇਰ ਅੱਜ ਇਸ ਵੀਡੀਓ ਵਿੱਚ ਆਪਾਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਇਆ ਮਿਊਜ਼ੀਅਮ ਅੱਗੇ ਦੇਖਾਂਗੇ ਜਿਹੜਾ ਪਿਛਲੀ ਵਾਰ ਆਪਾਂ ਨਹੀਂ ਦੇਖਿਆ ਸੀ ਉਹਨੂੰ ਅੱਜ ਇਸ ਵੀਡੀਓ ਵਿੱਚ ਦੇਖਾਂਗੇ ਆ ਨੇਰੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਇਹਨਾਂ ਨੇ ਬੁੱਤ ਬਣਾਏ ਹੋਏ ਨੇ ਜਿਹੜੇ ਆ ਆਪਾਂ ਨੂੰ ਹੁਣ ਇੱਥੇ ਆ ਪੁਰਾਣੇ ਰਾਜੇ ਅਸਲ 'ਚ ਪੁਰਾਣੇ ਰਾਜੇ ਇਹਨਾਂ ਦੇ ਪੁਰਾਣੇ ਫੌਜੀ ਪੁਰਾਣਿਆ ਰਹਿਣ-ਬਹਿਣ ਉਹ ਸਾਰਾ ਕੁਝ ਇਹਨਾਂ ਨੇ ਇੱਥੇ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੇ ਇਹਨਾਂ ਦੇ ਕੱਪੜੇ ਜਿਹੜੇ ਪਾਏ ਹੋਏ ਨੇ ਇਹਨਾਂ ਤੋਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਇਹ ਪ੍ਰਾਣੀ ਨੇ ਇਹ ਰਾਜੇ ਹੋਣੇ ਇਹਨਾਂ ਦੇ ਪ੍ਰਾਣੇ ਮੈਨੂੰ ਲੱਗਦਾ ਤੇ ਆ ਇੱਕ ਗੈਲਰੀ ਬਣੀ ਹੋਈ ਆ ਤੇ ਇਹਦੇ ਵਿੱਚ ਇਹ ਆਡਾੜ ਬੁੱਤ ਬਣੇ ਹੋਏ ਨੇ ਆ ਦੇਖੋ ਇਸ ਤਰ੍ਹਾਂ ਦੇ ਆ ਮਾਗਰ ਪਤਾ ਨਹੀਂ ਉਹ ਕੀ ਜਾਂਦਾ ਵੀਡੀਓ ਦੇ ਵਿੱਚ ਭੂਤ ਜੀ ਦਿਖਾਈ ਦੇ ਜਾਂਦੀ ਹੈ ਤੇ ਆ ਦੇ ਆ ਮੰਤਰੀ ਸ਼ਾਂਤਰੀ ਹੋਣੇ ਇਹਨਾਂ ਦੇ ਪ੍ਰਸਿੱਧ ਹੱਥੇ ਚ ਤਲਵਾਰ ਵੀ ਫੜੀ ਹੋਈ ਹੈ ਤੇ ਇਨਾਂ ਦੇ ਇਹ ਪ੍ਰਸਿੱਧ ਬੰਦੇ ਹੋਣਗੇ ਆ ਦੇਖੋ ਆ ਇਹਨਾਂ ਦਾ ਫੌਜੀ ਲੱਗਦਾ ਮੈਨੂੰ ਇਹਨੇ ਇਸ ਤਰ੍ਹਾਂ ਦਾ ਹ ਕੰਮ ਕਰ ਸਾਰਾ ਕੱਪੜੇ ਆ ਜੇਲ ਬਣੀ ਹੋਈ ਆ ਜਿੱਥੇ ਉਹ ਸਿਮਤ ਖੜੀ ਆ ਤੇ ਆ ਆ ਕੀ ਬਣਿਆ ਹੋਇਆ ਇਹ ਵੀ ਕੁਛ ਆ ਜਿਹਨੂੰ ਅੱਗ ਚ ਪਸਾਰੀ ਜਾਂਦੇ ਆ ਨਕਲੀ ਅੱਗ ਲਾਈ ਹੋਈ ਆ ਕਰ ਇਹ ਸੱਚੀ ਮਿੱਚੀ ਨਹੀਂ ਹੋएगी ਤੇ ਇਹ ਇਸ ਤਰ੍ਹਾਂ ਦਾ ਹਸਾਕਤਬ ਹਨੇਰਾ ਕੀਤਾ ਪਿਆ ਪੂਰਾ ਤੇ ਥੋ ਨਿਕੇ ਨਿਕੇ ਥੋੜੀਆਂ ਜਿਹੀਆਂ ਲਾਈਟਾਂ ਨੇ ਆ ਜਿਹੜੀ ਸਜ਼ਾ ਦਿੰਦੇ ਸੀਗੇ ਉਸ ਟਾਈਮ ਆ ਫੱਟੇ ਜਿਓ ਉਹ ਬਣਾਏ ਹੋਏ ਨੇ ਤੇ ਉਹ ਬੰਦਾ ਮਾਗਰ ਖੜਾ ਇਹਨਾਂ ਦੇ ਬੁੱਤ ਬਣੇ ਹੋਏ ਨੇ ਇੱਥੇ ਆ ਨਕਲੀ ਜਿਵੇਂ ਅੱਗ ਜੀ ਦਾ ਬਣਾਇਆ ਹੋਇਆ ਵੀ ਉਹਨੂੰ ਭਈ ਅੱਗ ਲਾ ਰਹੇ ਨੇ ਆ ਜਿਹੜੀ ਕੁੜੀ ਜੀ ਖੜੀ ਆ ਇਹਨੂੰ ਅੱਗ ਕਿਉਂ ਲਾ ਰਹੇ ਨੇ ਤਾਂ ਪਤਾ ਨਹੀਂ ਪਰ ਇਹ ਦਿਖਾਇਆ ਗਿਆ ਇੱਕ ਇੱਥੇ ਆਪਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਕਰਕੇ ਤੇ ਸੋਹਣਾ ਲੱਗਦਾ ਆ ਇਹਦੇ ਬਾਰੇ ਥੋੜੀ ਜੀ ਇਨਫੋਰਮੇਸ਼ਨ ਵੀ ਦਿੱਤੀ ਹੋਈ ਆ ਜਿਹੜੀ ਕਿ ਤੁਸੀਂ ਆਪਣੇ ਆਪ ਪੜ ਸਕਦੇ ਹੋ ਤੇ ਆ ਪੇਂਟਿੰਗਾਂ ਇਹ ਬੜੀਆਂ ਹੋਈਆਂ ਨੇ ਤੇ ਆ ਗਾਂਹ ਰਜਿਸਟਰ ਵਗੈਰਾ ਬਣਾਏ ਹੋਏ ਆ ਤੇ ਨਾਲ ਆ ਇੱਕ ਜਾਦੂਗਰ ਜਿਹਾ ਦਿਖਾਇਆ ਹੋਇਆ ਇਹ ਕੀ ਕਰਦਾ ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਿਓ ਇਹ ਪਤ ਨਹੀਂ ਆ ਕੀ ਕਮਾਈ ਜਾਂਦਾ ਲਾਟੂ ਜਾਂ ਤੇ ਕੋਈ ਜਾਦੂਗਰੀ ਲੱਗਦਾ ਜਾਂ ਇਹਨਾਂ ਦਾ ਕੋਈ ਬਾਬਾ ਹੋਣਾ ਤੇ ਇਸ ਤਰ੍ਹਾਂ ਦੇ ਇੱਥੇ ਬੁੱਤ ਇਹ ਵੀ ਬਣੇ ਹੋਏ ਨੇ ਆ ਦੇਖੋ ਇਹ ਨੂੰ ਦੇਖੀ ਜਾਂਦਾ ਸੋਹਣਾ ਖੈਰ ਘੈਂਟ ਬਣਿਆ ਹੋਇਆ ਹੁਣ ਤੱਕ ਜਿੰਨਾ ਆਪਾਂ ਦੇਖਿਆ ਪੂਰਾ ਘੈਂਟ ਤੇ ਇੱਧਰ ਕੀ ਆ ਇੱਧਰ ਆਹ ਕੁਝ ਬਣਿਆ ਹੋਇਆ ਤੇ ਇਹ ਕੀ ਆ ਇਹ ਤੁਸੀਂ ਆਪਣੇ ਆਪ ਦੇਖ ਲਓ ਆਹ ਕੋਈ ਇਹ ਕੀ ਬਣਿਆ ਹੋਇਆ ਪਤਾ ਨਹੀਂ ਕੀ ਬਣਾਇਆ ਹੋਇਆ ਉਹ ਇੱਕ ਬੁੱਤ ਬਣਿਆ ਹੋਇਆ ਤੇ ਆਹ ਬੰਦਾ ਆ ਡਾਕਟਰ ਲੱਗਦਾ ਮੈਨੂੰ ਡਾਕਟਰ ਲੱਗਦਾ ਆ ਆ ਰੇੜੀ 'ਚ ਬੰਦੇ ਜਿਹਨੂੰ ਪਾਈ ਬੈਠਾ ਆਹ ਕੋਈ ਇਹ ਵੀ ਕੋਈ ਇਹਨਾਂ ਦਾ ਸਪਾਹੀ ਲੱਗਦਾ ਕੁਈ ਫੌਜੀ ਤੇ ਸੋਨਾ ਬਣਾਇਆ ਹੋਇਆ ਕਰ ਆ ਬੰਦਾ ਕਰ ਕੀ ਰਿਹਾ ਤੇ ਇਹਦਾ ਇਲਾਜ ਕਰ ਰਿਹਾ ਆ ਦੇਖੋ ਉਹ ਨਹੀਂ ਆਦਾ ਇਲਾਜ ਨਹੀਂ ਕਰ ਰਿਹਾ ਕਿ ਲਾਜੀ ਕਰ ਰਿਹਾ ਹੱਥੇ ਤਾਂ ਚਾਕੂ ਐ ਮਾਰਿਆ ਜਿਵੇਂ ਉਹਨੂੰ ਮਾਰ ਰਿਹਾ ਹੁੰਦਾ ਪਤਾ ਨਹੀਂ ਕੀ ਕਰਦਾ ਸੀ ਇਹ ਕਾਹ ਪ੍ਰਾਣੇ ਪਹਿਰਾਵੇ ਦਾ ਜੇ ਇਹਨਾਂ ਨੇ ਆ ਬੰਦਾ ਖੜਾਇਆ ਹੋਇਆ ਕੌਣ ਇਹਨਾਂ ਬਾਰੇ ਆਪ ਨੂੰ ਇਹਨਾਂ ਪਤਾ ਨਹੀਂ ਹੈਗਾ ਇੱਥੇ ਕਾਫੀ ਕੁਸ ਬਣਾਇਆ ਹੋਇਆ ਇਹਨਾਂ ਨੇ ਆਓ ਦੇਖੋ ਰਾਜਾ ਬਣਿਆ ਹੋਇਆ ਉਹਦੇ ਵੱਡੀ ਸਾਰੀ ਪੱਗ ਉਹਦੇ ਉੱਤੇ ਸਿਰ ਤੇ ਲਈ ਹੋਈ ਹੈ ਉਹਨੇ ਬੰਨੀ ਹੋਈ ਆ ਤੇ ਇੱਧਰ ਇੱਕ ਕੁੜੀ ਦਾ ਬੁੱਤ ਬਣਿਆ ਹੋਇਆ ਇੱਧਰ ਆ ਸਿਮਰਤਾ ਤੇ ਆਹ ਬਾਕੀ ਹੋਰ ਇਹਨਾਂ ਨੇ ਜਿਹੜਾ ਕੁਝ ਇੱਥੇ ਬਣਾਏ ਹੋਏ ਨੇ ਬੁੱਤ ਉਹ ਵੀ ਆਪੋ ਨਾਲ-ਨਾਲ ਦਿਖਾਈ ਦੇ ਜਾਂਦੇ ਨੇ ਤੇ ਆਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਬੁੱਤ ਬਣੇ ਹੋਏ ਨੇ ਇੱਥੇ ਤੇ ਆਹ ਕੁਝ ਆਹ ਕੌਣ ਪੜੀ ਜਾਂਦਾ ਕੁੱਤਾ ਪੜੀ ਜਾਂਦਾ ਕਿਤਾਬਾਂ ਆ ਕੋਈ ਕਿਤਾਬਾਂ ਪੜ੍ਹੀ ਜਾਂਦਾ ਤੇ ਨਾਲ ਉਹਨਾਂ ਦੇ ਆ ਬੁੱਤ ਬਣੇ ਹੋਏ ਨੇ ਹੋਰ ਜਿਹੜੇ ਕਿ ਇੱਧਰ ਦਿਖਾਈ ਦੇ ਜਾਂਦੇ ਆ ਆ ਦੇਖੋ ਇਹ ਕੋਈ ਕੁਝ ਲਿਖ ਰਿਹਾ ਉਹ ਦੱਸ ਰਿਹਾ ਆਪਣੀ ਕਹਾਣੀ ਤੇ ਇਹ ਬੰਦਾ ਲਿਖ ਰਿਹਾ ਇਹਨਾਂ ਦੀ ਕੋਈ ਕਚਹਿਰੀ ਆ ਆ ਮਾਮਲਾ ਲੱਗਦਾ ਆਪਣੀ ਰਿਪੋਰਟ ਦਰਜ ਕਰਾ ਰਿਹਾ ਲੱਗਦਾ ਇਹ ਬੁੱਤ ਵੀ ਇਹਨਾਂ ਦੇ ਇੱਥੇ ਬਣਾਏ ਹੋਏ ਨੇ ਆ ੜੜ ਤਰ੍ਹਾਂ ਤੇ ਉਹ ਗੱਲਬਾਤ ਦੱਸ ਰਿਹਾ ਪੂਰੇ ਜੋਰ-ਸ਼ੋਰ ਨਾਲ ਤੇ ਆਹ ਕੌਣ ਹੈ ਇਹ ਵੀ ਨਹੀਂ ਪਤਾ ਬੰਦਿਆਂ ਦਾ ਪੈਸੇ ਇੱਥੇ ਘੱਟ ਪਤਾ ਲੱਗਦਾ ਵੀ ਇਹ ਬੁੱਤ ਕੀ ਦੇ ਨੇ ਤੇ ਪਰ ਹੈਗੇ ਜਿਵੇਂ ਇਹਨਾਂ ਦਾ ਆਪਦਾ ਜਿਵੇਂ ਕਲਚਰ ਜਿਆਦਾ ਲੱਗਦਾ ਸੋਨਾ ਗਾ ਘਰ ਬਣਾਏ ਹੋਏ ਬੁੱਤ ਜਿਹੜੇ ਇਹ ਸਟੈਚੂ ਨੇ ਦੇਖਣ ਨੂੰ ਵੀ ਸੋਹਣੇ ਨੇ ਤੇ ਬਣੇ ਵੀ ਸੋਹਣੇ ਹੋਏ ਨੇ ਇਹ ਤੋਂ ਬਾਅਦ ਆਪਾਂ ਇੱਥੇ ਆ ਗਏ ਹੁਣ ਇੰਨਾ ਇੱਥੇ ਆਏ ਇਹ ਬੁੱਤ ਬਣੇ ਹੋਏ ਨੇ ਜਿਹੜੇ ਆਪਾਂ ਨੂੰ ਇਸ ਟਾਈਮ ਦਿਖਾਈ ਦੇ ਜਾਂਦੇ ਨੇ ਇਸ ਤਰ੍ਹਾਂ ਦੇ ਆਹ ਕੋਈ ਰਜਿਸਟਰ ਰੱਖੀ ਬੈਠਿਆ ਪੁਰਾਣਾ ਇਹ ਕਾਫੀ ਘਟ ਕੰਮਕਾਰਾ ਸੋਹਣੇ ਬਣਾਏ ਹੋਇਆ ਓਵੇਂ ਜਿਹੀ ਆਉਂ ਪੈਸੇ ਜੇ ਆਪਾਂ ਦੇਖਿਆ ਜਾਵੇ ਜਿਵੇਂ ਇੰਗਲੈਂਡ ਚ ਆਪਾਂ ਉਹ ਦੇਖਿਆ ਸੀਗਾ ਮੂਮ ਦੇ ਬੁੱਤ ਜੇ ਉਹੀ ਕੁਝ ਹੈ ਬਸ ਇਹਨਾਂ ਦਾ ਸਿਰਫ ਨਾਂ ਦਾ ਹੀ ਫਰਕ ਆ ਤੇ ਜੇ ਤੁਸੀਂ ਬਹੁਤ ਡਿਟੇਲ ਚ ਜਾਣਾ ਚਾਹੋ ਤਾਂ ਇਹ ਬੰਦੇ ਦਾ ਨਾਂ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ ਇਹਦੇ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊ ਆਹ ਕੀ ਆ ਇਹ ਵੀ ਕੁਝ ਬਣਾਇਆ ਹੋਇਆ ਹੈ ਇਹਨਾਂ ਨੇ ਇੱਕ ਤੇ ਇਸ ਤਰ੍ਹਾਂ ਦਾ ਇਹ ਕਿਵੇਂ ਬਾਹਰ ਹੀ ਥੱਲੇ ਸਿੱਟੀ ਬੈਠਾ ਤੇ ਸੋਹਣਾ ਖੈਰ ਇਹ ਵੀ ਸੋਨਾ ਬਣਿਆ ਹੋਇਆ ਤੇ ਘੈਂਟ ਕੰਮ ਆ ਤੇ ਆਹ ਦੇਖੋ ਅੱਗੇ ਦੇਖਦੇ ਆ ਹੋਰ ਕੀ ਆ ਇਹ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਬਣਾਏ ਹੋਏ ਨੇ ਕੈਬਨ ਜੀ ਤੇ ਆਹ ਬੈਠਾ ਇੱਕ ਉੱਠ ਦੇ ਉੱਤੇ ਇਹ ਵੀ ਭਾਈ ਕੋਈ ਇਹਨਾਂ ਦਾ ਰਾਜਾ ਲੱਗਦਾ ਜਿਹੜਾ ਉੱਠ ਤੇ ਬੈਠਾ ਤੇ ਇਧਰ ਸਾਰਾ ਮਾਹੌਲ ਤੇ ਆਹ ਕੌਣ ਆ ਇਹ ਵੀ ਇਹਨਾਂ ਦਾ ਕੋਈ ਫੌਜੀ ਫੁੱਜੀ ਲੱਗਦਾ ਜਿਹੜਾ ਕਿ ਇੱਥੇ ਲਿਖਿਆ ਵੀ ਹੋਇਆ ਇਹਦੇ ਬਾਰੇ ਇਹ ਵੀ ਤੁਸੀਂ ਪੜ ਸਕਦੇ ਹੋ ਆਪਣੇ ਆਪ ਜੇ ਪੜਨਾ ਹੋਵੇ ਤਾਂ ਨਹੀਂ ਤੇ ਸਰਚ ਮਾਰ ਲਿਓ ਤੇ ਅੱਗੇ ਦੇਖਾਂਗੇ ਹੁਣ ਕੀ ਬਣਦਾ ਇਹ ਬੁੱਤ ਤੋਂ ਬਾਅਦ ਇੱਧਰ ਆਗੇ ਇੱਧਰ ਆ ਆ ਫਿਰ ਚਪਾਈ ਖੜਾ ਇਸ ਤਰ੍ਹਾਂ ਦਾ ਇਹ ਇਹਨਾਂ ਦੀ ਪੂਰਾ ਫੌਜੀ ਪਹਿਰਾਵਾ ਆ ਕੌਣ ਨੇ ਇਹ ਵੀ ਤੁਸੀਂ ਦੇਖ ਲਓ ਆਪਣੇ ਆਪ ਇਹ ਪ੍ਰਿੰਟਰ ਲੱਗਦੇ ਮੈਨੂੰ ਨਹੀਂ ਉਹ ਤਾਂ ਹੱਥ 'ਚ ਗੰਨ ਲਈ ਖੜਾ ਪ੍ਰਿੰਟਰ ਤਾਂ ਨਹੀਂ ਹੈਗੇ ਤੇ ਇਸ ਤਰ੍ਹਾਂ ਦਾ ਸਟੈਚੂ ਇੱਥੇ ਵੀ ਬਣੇ ਹੋਏ ਨੇ ਤੇ ਆਹ ਦੇਖੋ ਸੋਨਾ ਵਧੀਆ ਕੰਮਕਾਰ ਕੀਤਾ ਹੋਇਆ ਘੈਂਟ ਕੰਮਕਾਰ ਬਣਾਇਆ ਜਿਹੜਾ ਇਹ ਸਟੈਚੂ ਬਣਾਏ ਹੋਏ ਨੇ ਆਹ ਸਟੈਚੂ ਬਣਾ ਰਹੀ ਆ ਕੋਈ ਕੁੜੀ ਸੱਚੀ ਵਿੱਚ ਹੀ ਨਹੀਂ ਇਹਦੇ ਸਟੈਚੂ ਬਣਿਆ ਹੋਇਆ ਵੀ ਇਹੇ ਭਾਈ ਸਟੈਚੂ ਬਣਾ ਰਹੀ ਹੈ ਤੇ ਆ ਬੈਠਿਆ ਫੇਰ ਉਮੀ ਥੱਲੇ ਇਹਨਾਂ ਦੇ ਨਾਲ ਤੁਸੀਂ ਚਿਹਰਾ ਤੇ ਬਹਿ ਕੇ ਚਾਹ ਪਾਣੀ ਪੀ ਸਕਦੇ ਹੋ ਫੋਟੋ ਹੀ ਖਿੱਚ ਸਕਦੇ ਹੋ ਤੇ ਆ ਉਹ ਫੌਜੀ ਬਣਾਇਆ ਹੋਇਆ ਜਿਹੜਾ ਜੀਪ ਤੇ ਖੜਾ ਸੀ ਤੇ ਆ ਇਹ ਕੋਈ ਤੇ ਇੰਡੀਅਨ ਤਾਂ ਨਹੀਂ ਕੋਈ ਬੰਦਾ ਪਤਾ ਨਹੀਂ ਤੇ ਇਧਰਲੀ ਸਾਈਡ ਦੇ ਉੱਤੇ ਆ ਬਣਿਆ ਹੋਇਆ ਇੱਕ ਤੇ ਇਹ ਜੱਕਾ ਗੰਜਾ ਬਣਿਆ ਹੋਇਆ ਇਹਦੇ ਵਿੱਚ ਉਹ ਬੰਦਾ ਬੈਠਾ ਤੇ ਕੁਝ ਇਸ ਤਰ੍ਹਾਂ ਦਾ ਹਸਾਕ ਤਾਵਾ ਇਹ ਇਸ ਘਰ ਸੋਹਣਾਗਾ ਘੈਂਟ ਬਣਿਆ ਹੋਇਆ ਵਧੀਆਗਾ ਤੇ ਇਧਰਲੀ ਸਾਈਡ ਦੇ ਉੱਤੇ ਆ ਸੀਗਾ ਉਹ ਫੌਜੀ ਜਿਹਦੀ ਆਪਾਂ ਗੱਲ ਕਰਦੇ ਸੀ ਇਹ ਜੀਪ ਤੇ ਖੜਾ ਤੇ ਇਹ ਬਣਿਆ ਹੋਇਆ ਤੇ ਇਹਦੇ ਨਾਲ ਹੀ ਇੱਕ ਆ ਹੋਰ ਬਣਿਆ ਹੋਇਆ ਸਟੈਚੂ ਤੇ ਇਹ ਸੰਬੋਧਨ ਕਰ ਰਿਹਾ ਲੱਗਦਾ ਤੇ ਆ ਨਾਲ-ਨਾਲ ਹੋਰ ਸਾਹਮਣੇ ਦਿਖਾਈ ਦੇ ਜਾਂਦੇ ਤੇ ਹੋ ਸਾਹਮਣੇ ਆਪਾਂ ਨੂੰ ਆ ਲੋ ਆ ਗਾਂਧੀ ਨਾ ਕਿਤੇ ਰਹਿ ਗਿਆ ਆ ਗਾਂਧੀ ਬਣਿਆ ਹੋਇਆ ਨਾਲ ਤੇ ਆ ਆਪਾਂ ਨੂੰ ਪਤਾ ਹੀ ਆ ਕੌਣ ਆ ਬੰਦਾ ਤੇ ਇਧਰ ਨੂੰ ਚੱਲ ਪਿਆ ਆਪਣਾ ਕੈਮਰਾ ਹੋ ਗਿਆ ਥੋੜਾ ਤੇਜ਼ ਤੇ ਇੱਥੇ ਪਹੁੰਚ ਗਏ ਆ ਦੇਖੋ ਇਹ ਸਾਰਾ ਆਪਾਂ ਥੋੜਾ ਤੇਜ਼ ਕਰਕੇ ਦਿਖਾ ਦਿੰਦੇ ਆ ਇਹੋ ਜੇ ਸਟੈਚੂ ਜੇ ਇੱਥੇ ਬਣੇ ਹੋਏ ਨੇ ਸਾਰੇ ਜਿਹੜੇ ਇਸ ਟਾਈਮ ਆਪਾਂ ਦੇਖੀ ਜਾਂਦੇ ਆ ਆ ਅੱਗੇ ਪਲੇਅਰ ਸਾਰੇ ਪਲੇਅਰ ਆ ਗਏ ਇੱਥੇ ਜਿਹੜੇ ਜਿੰਨੇ ਵੀ ਇੱਥੇ ਬਣੇ ਹੋਏ ਨੇ ਆਹ ਦੇ ਘੈਂਟ ਨੇ ਸੂ ਮੋਹ ਪahlwan ਨੇ ਵਿੱਚੀ ਵਿੱਚੀ ਸਾਰੇ ਘੈਂਟ ਵਧੀਆ ਪਲੇਅਰ ਬਣੇ ਹੋਏ ਨੇ ਇੱਥੇ ਆਹ ਦੇਖੋ ਜਿਵੇਂ ਆਪਾਂ ਇੱਥੇ ਆ ਦੇ ਫੁੱਟਬਾਲ ਵਾਲੇ ਆ ਗਏ ਆਹਾ ਸਾਰੇ ਫੁੱਟਬਾਲ ਵਾਲੇ ਪਲੇਅਰ ਆ ਗਏ ਤੇ ਨਾਲ-ਨਾਲ ਆਪਾਂ ਇਹ ਫੋਟੋਆਂ ਜਿਹੜੀਆਂ ਇਹਨਾਂ ਦੀਆਂ ਆਪਾਂ ਤੋਂ ਖਿੱਚੀਆਂ ਗਈਆਂ ਨਾਲ ਉਹ ਖਿੱਚ ਲਈਆਂ ਤੇ ਨਾਲ-ਨਾਲ ਵੀਡੀਓ ਬਣਾ ਲਈ ਤੇ ਇਸ ਤਰ੍ਹਾਂ ਦਾ ਸਾਰਾ ਸਹਾਬ ਕਿਤਾਬ ਆ ਇਹ ਪੂਰਾ ਸੋਹਣਾਗਾ ਵਧੀਆ ਆ ਦੇਖੋ ਪਹਿਲਾਂ ਪੌੜੀਆਂ ਦੇ ਥੱਲੇ ਆਏ ਸੀ ਹੁਣ ਉੱਪਰ ਚੱਲਣ ਦਿਆਂ ਤੇ ਆ ਨਾਲ ਆਪਾਂ ਨੂੰ ਹੋਰ ਇੱਥੇ ਇਹਨਾਂ ਦੇ ਸਟੈਚੂ ਦਿਖਾਈ ਦੇ ਜਾਂਦੇ ਆ ਇੱਥੇ ਆ ਗਾਉਣ ਵਜਾਉਣ ਵਾਲੇ ਨੇ ਸਾਰੇ ਤੇ ਆਹਾ ਜੱਜ ਬਣੇ ਹੋਏ ਨੇ ਵਿੱਚ ਇਹਨਾਂ ਦਾ ਕੋਈ ਪ੍ਰੋਗਰਾਮ ਹੋਣਾ ਮਸ਼ਹੂਰ ਉਹ ਦਿਖਾਈ ਦੇ ਜਾਂਦਾ ਆਹਾ ਇੱਥੇ ਤੁਸੀਂ ਵੀ ਮੈਗ ਫੜ ਕੇ ਫੋਟੋ ਖਿੱਚ ਸਕਦੇ ਆ ਤੇ ਆ ਇੱਕ ਸਟੈਚੂ ਜਾਂ ਹੋਰ ਆ ਗਿਆ। ਉਹ ਮਗਰ ਕੋਈ ਸੱਚੀ ਵਿੱਚੀ ਦਾ ਬੰਦਾ ਨਹੀਂ ਹੈਗਾ ਉਹੀ ਬਣਾਇਆ ਹੋਇਆ। ਤੇ ਆ ਦੇਖੋ ਇੱਥੇ ਇਹ ਵੀ ਸੋਨਾ ਬਣਾਇਆ ਹੋਇਆ ਆ। ਇਹ ਸੌਤੀ ਘੈਂਟ ਬਣਾਇਆ ਹੋਇਆ। ਇੱਥੇ ਜਿਹੜੇ ਬੁੱਤ ਨੇ ਇੱਥੇ ਕਾਫੀ ਬੁੱਤ ਬਣੇ ਹੋਏ ਨੇ ਤੇ ਮਗਰ ਆ ਦਿਖਾਈ ਦੇ ਜਾਂਦੇ ਆ ਆਪਾਂ ਨੂੰ ਆ ਡੱਡ ਬੰਦੇ ਸਾਰੇ ਇਹ ਜਿਹੜੇ ਸਟੈਚੂ ਬਣੇ ਹੋਏ ਨੇ। ਤੇ ਆ ਦੇਖੋ ਆਹ ਕੌਣ ਨੇ ਆ ਤਾਂ ਇੰਡੀਅਨ ਲੱਗਦੇ ਐਕਟਰ। ਉਹ ਸਰੋਖਾਨ ਬਣਿਆ ਹੋਇਆ ਆ ਜੀ। ਸਾਰੋਖਣ ਬਣਿਆ ਨਹੀਂ ਹੋਇਆ ਬਣਾਇਆ ਹੋਇਆ ਜਿਹੜਾ ਉਹ ਸਾਹਮਣੇ ਖੜਾ ਤੇ ਇੰਡੀਅਨ ਆ ਗਿਆ ਵੀ ਇੱਕ ਗਾਂਧੀ ਆ ਗਿਆ ਇੱਕ ਸਾਰੋਖਣ ਆ ਗਿਆ ਤੇ ਬਾਕੀ ਜਿਹੜਾ ਆ ਬੱਲੇ 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 ਇਹਨਾਂ ਨੇ ਤਾੜੀਆਂ ਮਾਰਤੀਆਂ ਇੱਥੇ ਆਪਣੇ ਆਪ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਆਪਾਂ ਇੱਥੇ ਦੇਖਿਆ ਤੇ ਆ ਇੱਥੇ ਫੋਟੋ ਖਿੱਚਣੀ ਬਾਹਲੀ ਘੰਟ ਵਾਂਗ ਐਸਾ ਜਿਹੜੀ ਆ ਸੀ ਤੇ ਆ ਆ ਗਈ ਦੁਕਾਨ ਇਹਨਾਂ ਦੀ ਇੱਥੇ ਜਿਹੜੀ ਸਟੈਚੂ ਨੇ ਉਹਨਾਂ ਦੇ ਨਿੱਕੇ ਨਿੱਕੇ ਇੱਥੇ ਆਪਾਂ ਨੂੰ ਮਿਲਦੇ ਵੀ ਨੇ ਜੇ ਆਪਾਂ ਨੇ ਬਾਏ ਕਰਨੇ ਹੋਣ ਮਾਡਲ ਜਾਂ ਗਾਂਧੀ ਆ ਦੇਖੋ ਗਾਂਧੀ ਵੀ ਦਿਖਾਈ ਦੇ ਜਾਂਦਾ ਇੱਥੇ ਇਹ 100 ਪਾ ਇੱਥੇ ਪੈਸੇ ਖਰਚੋ ਤੇ ਇਹਨਾਂ ਨੂੰ ਲੈ ਜਾਓ ਆ ਦੇਖੋ ਆਓ ਸਾਇੰਟਿਸਟ ਆ ਤੇ ਇਹ ਵੀ ਮਿਲਦਾ ਇੱਥੇ ਤੇ ਬਾਕੀ ਆ ਗਾਂਧੀ ਹੁਣੀ ਵੀ ਮਿਲਦੇ ਨੇ ਹੋਰ ਜਿਹੜੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਹੋਏ ਨੇ ਉਹ ਇੱਥੇ ਆਪਾਂ ਨੂੰ ਮਿਲ ਜਾਂਦੇ ਉਹਨਾਂ ਦੇ ਖੜਿਆਉਣੇ ਜੇ ਨਿੱਕੇ ਜੇ ਜੇ ਕਿਸੇ ਨੇ ਲੈਣੇ ਹੋਣ ਤਾਂ ਉਹ ਇੱਥੋਂ ਇਹ ਜਿਹੜੀ ਦੁਕਾਨ ਆ ਉੱਥੋਂ ਲੈ ਸਕਦਾ ਇਹ ਮਿਊਜ਼ੀਅਮ ਜਿਹੜਾ ਸੀਗਾ ਇਹ ਸੋਨਾ ਸੀਗਾ ਖੈਰ ਵਧੀਆ ਬੁੱਤ ਬਣੇ ਹੋਏ ਸੀਗੇ ਤੇ ਜਾਨੀ ਟਿਕਟ ਦਾ ਮੁੱਲ ਮੋੜ ਦਾ ਸੀ ਆ ਸਾਰੀਆਂ ਚੀਜ਼ਾਂ ਆਹਾ ਆ ਦੇਖੋ ਆਪਾਂ ਇਹਨੇ ਕੀ ਜਾਣ ਜਿਨ੍ਹਾਂ ਨੂੰ ਆਪਾਂ ੱੱਲੇ ਕਹਿ ਦਿੰਨੇ ਆ ਤੇ ਪਰ ਇੱਥੇ ਮਹਿੰਗਾ ਇੱਥੇ ਕੰਮ ਮਹਿੰਗਾ ਬਾਹਰ ਹਜੇ ਸਸਤਾ ਇਦੋਂ ਇਹ ਬੱਸੋਂ ਬਾਹਰ ਆ ਤੇ ਪਰ ਆਪਾਂ ਦੇਖ ਲੈਨੇ ਆ ਨੀ ਕਿ ਜੀ ਵੀਡੀਓ ਬਣਾ ਲੈਨੇ ਆ ਇਹਦੀ ਤੇ ਨਾਲ ਨਾਲ ਤੁਸੀਂ ਵੀ ਦੇਖ ਲਓ ਤੇ ਬਾਕੀ ਜਿਹੜੀਆਂ ਫੋਟੋਆਂ ਆਪਾਂ ਖਿੱਚੀਆਂ ਨੇ ਇੱਥੇ ਉਹ ਆਪਾਂ ਇਸ ਵੀਡੀਓ ਦੇ ਐਂਡ ਦੇ ਉੱਤੇ ਅਟੈਚ ਕਰ ਦਾਂਗੇ ਇੱਕ ਯਾਦਗਾਰ ਆਪਣੀ ਜਿਵੇਂ ਇੱਥੇ ਨਾਲ ਜੁੜੀ ਰਹੂ ਤੇ ਆਹ ساری ਦੁਕਾਨ ਜਿਹੜੀ ਇੱਥੋਂ ਆਪਾਂ ਬਾਹਰ ਇਹ ਬਸ ਐਂਡ ਐਂਡ ਹੀ ਹੁੰਦਾ ਜਦੋਂ ਇਹ ਦੁਕਾਨ ਜੀ ਅਜੇ ਇਹਨਾਂ ਦੀ ਉਦੋਂ ਬਾਅਦ ਐਂਡ ਹੁੰਦਾ ਇੱਥੋਂ ਹੁਣ ਆਪਾਂ ਬਾਹਰ ਨਿਕਲ ਜਾਾਂਗੇ ਇੱਥੇ ਤੇ ਇਸ ਤਰ੍ਹਾਂ ਬਾਹਰ ਆ ਗਏ ਤੇ ਹੁਣ ਆਪਾਂ ਅੱਗੇ ਕੁਝ ਹੋਰ ਦੇਖਾਂਗੇ ਪੈਰਥ ਦੇ ਵਿੱਚ ਹੀ ਤੇ ਤੁਸੀਂ ਵੀਡੀਓ ਦੇਖਦੇ ਰਹੋ ਤੇ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ